ਇੰਨੀ ਠੰਡ ਦੇ ਅੰਦਰ ਇਹ ਨੌਜਵਾਨ ਨਦੀ ਦੇ ਵਿੱਚ ਡਿੱਗ ਪਿਆ ਸੀ। ਤਸਵੀਰਾਂ ਦੇਖ ਰਹੇ ਹੋ ਕਿ ਕਿਵੇਂ ਬੁਰੀ ਤਰੀਕੇ ਦੇ ਨਾਲ ਕੰਬ ਰਿਹਾ ਹੈ। ਤਾਂ ਫਰਿਸ਼ਤੇ ਬਣ ਕੇ ਸੰਤ ਸੀਚੇਵਾਲ ਦੇ ਗਾਰਡ ਮੌਕੇ 'ਤੇ ਪਹੁੰਚ ਜਾਂਦੇ ਨੇ, ਸੇਵਾਦਾਰ ਪਹੁੰਚ ਜਾਂਦੇ ਨੇ, ਇਸ ਨੂੰ ਨਦੀ ਦੇ ਵਿੱਚੋਂ ਕੱਢਦੇ ਨੇ ਅਤੇ ਸਿੱਧਾ ਹਸਪਤਾਲ ਲੈ ਜਾਂਦੇ ਨੇ। ਡਾਕਟਰ ਦਾ ਕਹਿਣਾ ਹੈ ਜੇਕਰ ਥੋੜ੍ਹੀ ਦੇਰ ਹੋਰ ਹੁੰਦੀ ਤਾਂ ਇਸ ਨੂੰ ਨਿਮੋਨੀਆ ਵੀ ਹੋ ਸਕਦਾ ਸੀ, ਹੋਰ ਵੀ ਕਈ ਇਸ ਨੂੰ ਬਿਮਾਰੀਆਂ ਜਕੜ ਸਕਦੀਆਂ ਸੀ, ਇਸ ਦੀ ਜਾਨ 'ਤੇ ਆਫਤ ਆ ਸਕਦੀ ਸੀ। ਤਾਂ ਸੰਤ ਸੀਚੇਵਾਲ ਸੇਵਾਦਾਰਾਂ ਅਤੇ ਪੁਲਿਸ ਦੀ ਮਦਦ ਕਰਕੇ ਇਸ ਨੌਜਵਾਨ ਦੀ ਜਾਨ ਬਚ ਗਈ ਹੈ। ਦੇਖੋ ਕਿਵੇਂ ਸੇਵਾਦਾਰਾਂ ਨੇ ਆਪਣੇ ਕੱਪੜੇ ਲਾ ਕੇ ਉਸ ਦੇ ਤਨ ਨੂੰ ਢੱਕਿਆ, ਜਿਸ ਕਰਕੇ ਉਸਦਾ ਠੰਡ ਤੋਂ ਬਚਾਅ ਹੋ ਗਿਆ। ਤਾਂ ਤਸਵੀਰਾਂ ਸੁਲਤਾਨਪੁਰ ਲੋਧੀ ਦੀਆਂ, ਜਿੱਥੇ ਪਵਿੱਤਰ ਕਾਲੀ ਵੇਈ ਦੇ ਵਿੱਚ ਇਹ ਨੌਜਵਾਨ ਦਾ ਅੱਜ ਪੈਰ ਤਿਲਕ ਗਿਆ, ਜਿਸ ਕਰਕੇ ਇਹ ਕਾਲੀ ਵੇਈ ਦੇ ਅੰਦਰ ਡਿੱਗਦਾ ਹੈ। ਠੰਡੇ ਠਾਰ ਪਾਣੀ ਦੇ ਨਾਲ ਇਸ ਦਾ ਬੁਰਾ ਹਾਲ ਹੋ ਜਾਂਦਾ ਹੈ, ਜਿਸ ਤੋਂ ਬਾਅਦ ਇਹ ਬੁਰੀ ਤਰ੍ਹਾਂ ਕੰਬ ਰਿਹਾ ਸੀ। ਤਾਂ ਇਸ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ। ਆਓ ਪੁਲਿਸ ਵਾਲਿਆਂ ਦਾ ਕੀ ਕਹਿਣਾ ਇਸ ਉੱਪਰ ਜਾਣਦੇ ਹਾਂ। ਇਸ ਤਰ੍ਹਾਂ ਦੀ ਇਤਲਾਹ ਮਿਲੀ ਸੀ ਵੀ ਇੱਕ ਅੰਮ੍ਰਿਤਪਾਲ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਮੰਗੂਪੁਰ ਥਾਣਾ ਤਲਵੰਡੀ ਚੌਧਰੀਆਂ, ਜਿਹਦੀ ਉਮਰ 24 ਸਾਲ ਹੈਗੀ ਆ, ਇਹ ਨੌਜਵਾਨ ਜਿਹੜਾ ਇਹਦਾ ਪਹਿਲਾਂ ਟ੍ਰੀਟਮੈਂਟ ਚੱਲਦਾ ਸੀਗਾ ਜੀ ਤਲਵੰਡੀ ਚੌਧਰੀਆਂ ਹੋਸਪਿਟਲ 'ਚ, ਉਹਦੀ ਕੋਈ ਮੈਡੀਸਨ ਲੈਣ ਲਈ ਉਹਦੇ ਨਾਲ ਲੈ ਕੇ ਆਏ ਸੀਗੇ ਹੋਸਪਿਟਲ ਵਾਲੇ ਉਹਨੂੰ ਸੁਲਤਾਨਪੁਰ ਲੋਧੀ। ਉੱਥੇ ਜਦੋਂ ਮੈਡੀਸਨ ਲੈ ਰਹੇ ਸੀ, ਪਤਾ ਨਹੀਂ ਉਹਦੇ ਮਨ ਨੂੰ ਕੋਈ ਘਬਰਾਹਟ ਹੋਈ, ਉਹ ਨਜ਼ਦੀਕ ਜਿਹੜੀ ਪਵਿੱਤਰ ਵੇਈ ਆ ਉੱਧਰ ਨੂੰ ਗਿਆ, ਪਤਾ ਲੱਗਾ ਸ਼ਾਇਦ ਉਹ ਪਾਣੀ ਪੀਣਾ ਚਾਹੁੰਦਾ ਸੀ ਅਤੇ ਸਲਿੱਪ ਕਰਕੇ ਉਹ ਜਿਹੜਾ ਵੇਈ ਦੇ ਵਿੱਚ ਡਿੱਗ ਗਿਆ। ਔਰ ਉਹਦੀ ਜਿਹੜੀ ਆ ਫੌਰੀ ਮੌਕੇ ਦੇ ਉੱਤੇ ਜਿਹੜੇ ਸੰਤ ਸੀਚੇਵਾਲ ਜੀ ਉਹਨਾਂ ਦੇ ਸੇਵਾਦਾਰਾਂ ਨੇ ਅਤੇ ਪੁਲਿਸ ਦੀ QRT ਟੀਮ ਅਤੇ ਮੈਂ ਖੁਦ ਅਸੀਂ ਸਾਰਿਆਂ ਨੇ ਮਿਲ ਕੇ ਉਹਨੂੰ ਜਲਦੀ ਹੀ ਉੱਥੋਂ ਵੇਈ 'ਚੋਂ ਕੱਢ ਕੇ ਅਤੇ ਉਹਨੂੰ ਜਿਹੜਾ ਟ੍ਰੀਟਮੈਂਟ ਵਾਸਤੇ ਸਿਵਲ ਹੋਸਪਿਟਲ ਸੁਲਤਾਨਪੁਰ ਲੋਧੀ ਐਡਮਿਟ ਕਰਵਾਇਆ। ਉਹ ਨੌਜਵਾਨ ਦੀ ਬਿਲਕੁਲ ਠੀਕ ਹੈ ਜੀ, ਜਿੱਦਾਂ ਥੋੜ੍ਹੀ ਠੰਡ ਫੀਲ ਕਰਦਾ ਸੀ ਉਹਨੂੰ ਜਲਦੀ ਜਲਦੀ ਅਸੀਂ ਗਰਮ ਕੱਪੜੇ ਕੰਬਲ ਵਗੈਰਾ ਪ੍ਰੋਵਾਈਡ ਕਰਵਾਏ ਆ ਔਰ ਉਹਦਾ ਇਲਾਜ ਚੱਲ ਰਿਹਾ, ਹੁਣ ਬਿਲਕੁਲ ਠੀਕ ਹੈਗਾ।